ਅੱਜ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਬਹੁਤ ਸਤਿਕਾਰਯੋਗ ਲੀਡਰ ਸਾਹਿਬਾਨ, ਵਰਕਰ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਹੈ ਤੇ ਸਾਡੀ ਜਲੰਧਰ ਪਾਰਲੀਮੈਂਟ ਸੀਟ ਨੂੰ ਬਹੁਤ ਜ਼ਿਆਦਾ ਬਲ ਮਿਲੂਗਾ। ਮੈਂ ਉਹਨਾਂ ਨੂੰ ਜੀ ਆਏ ਕਹਿਣਾ ਤੇ ਵਿਸ਼ਵਾਸ ਦਿਵਾਉਣਾ ਕਿ ਅਕਾਲੀ ਦਲ ਇੱਕ ਪਰਿਵਾਰ ਵਾਂਗੂ ਪਾਰਟੀ ਹੈ, ਕੌਮ ਦੀ ਜਥੇਬੰਦੀ ਹੈ, ਪੰਜਾਬ ਦੀ ਜਥੇਬੰਦੀ। ਜਿਹੜਾ ਮੈਂ ਕਿਹਾ ਸੀ ਦੂਜਾ ਭਾਗ ਆਪਣੀ ਪ੍ਰੈਸ ਕਾਨਫਰੰਸ ਦਾ, ਅੱਜ ਸ਼੍ਰੋਮਣੀ ਅਕਾਲੀ ਦਲ ਆਪਣਾ ਪਾਰਲੀਮੈਂਟ ਇਲੈਕਸ਼ਨ ਦੇ ਸੰਬੰਧ ਵਿੱਚ ਆਪਣਾ ਐਲਾਨਨਾਮਾ ਕਰ ਰਿਹਾ, ਰਿਲੀਜ਼ ਕਰ ਰਿਹਾ। ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਇਲੈਕਸ਼ਨ ਚੱਲ ਰਿਹਾ, ਇਸ ਇਲੈਕਸ਼ਨ ਵਿੱਚ ਬੜੀ ਚੀਜ਼ਾਂ ਦੇਖਣ ਨੂੰ ਸਾਹਮਣੇ ਆਈਆਂ। ਕਈ ਪਾਰਟੀਆਂ ਤਾਂ ਇਸ ਇਲੈਕਸ਼ਨ ਨੂੰ ਕਮਿਊਨਲ ਐਂਗਲ ਤੇ ਲੈ ਗਈਆਂ, ਉਹਨਾਂ ਵਾਸਤੇ ਵੋਟ ਲੈਣਾ ਜ਼ਿਆਦਾ ਜ਼ਰੂਰੀ ਹੈ, ਦੇਸ਼ ਦੀ ਏਕਤਾ ਇੰਨੀ ਜ਼ਿਆਦਾ ਜ਼ਰੂਰੀ ਨਹੀਂ। ਆਹ ਜਿਹੜਾ ਦੇਸ਼ ਹੈ, ਆਹ ਸਾਰਿਆਂ ਦਾ, ਸਾਰੇ ਧਰਮਾਂ ਦਾ, ਭਾਵੇਂ ਆਬਾਦੀ 1% ਹੋਏ, ਭਾਵੇਂ 5% ਹੋਏ ਕਿਸੇ ਧਰਮ ਦੀ, ਜਾਂ 18% ਹੋਏ ਜਾਂ 70% ਹੋਏ, ਇਕੁਅਲ ਰਾਈਟ ਹੈ। ਪਰ ਮੈਂ ਦੇਖਿਆ ਜਦੋਂ ਹਾਰ ਦਿਖਦੀ ਹੋਏ ਅਜਿਹੀਆਂ ਸਟੇਟਮੈਂਟਸ ਅੱਜ ਡੇਂਜਰਸ ਆ ਰਹੀਆਂ ਜਿਹੜੀਆਂ, ਦੇਖੋ ਆਪਣੀ ਡੈਮੋਕ੍ਰੈਟਿਕ ਨੇਸ਼ਨ ਵਿੱਚ ਨਹੀਂ ਹੋਣੀ ਚਾਹੀਦੀਆਂ। ਸੋ ਜਿਹੜਾ ਆਹ ਇਲੈਕਸ਼ਨ ਹੈ, ਹਰ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ। ਪੰਜਾਬ ਵਿੱਚ 4 ਮੁੱਖ ਪਾਰਟੀਆਂ ਇਲੈਕਸ਼ਨ ਲੜ ਰਹੀਆਂ, ਇੱਕ ਸ਼੍ਰੋਮਣੀ ਅਕਾਲੀ ਦਲ ਹੈ, ਦੂਜੇ ਪਾਸੇ ਕਾਂਗਰਸ ਹੈ, ਤੀਜੇ ਪਾਸੇ ਆਮ ਆਦਮੀ ਪਾਰਟੀ ਹੈ, ਚੌਥੇ ਪਾਸੇ ਬੀਜੇਪੀ ਹੈ। ਇੱਕ ਫਰਕ ਤੁਹਾਨੂੰ ਸਾਰਿਆਂ ਨੂੰ ਦੇਖਿਆ ਹੋਣਾ, ਇਕੱਲੀ ਇੱਕ ਪਾਰਟੀ ਹੈ 4 ਚੋਂ ਜਿਹੜੀ ਪੰਜਾਬ ਦੀ ਹੈ, ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀ, ਪੰਜਾਬ ਦੀ ਆਵਾਜ਼, ਪੰਜਾਬ ਦੇ ਗਰੀਬਾਂ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ, ਵਪਾਰੀਆਂ ਦੀ ਤਰੱਕੀ ਵਾਸਤੇ ਲੜਨ ਵਾਲੀ ਪਾਰਟੀ ਹੈ। ਅਤੇ ਇਤਿਹਾਸ ਗਵਾਹ ਹੈ ਕਿ ਆਹੀ ਇੱਕ ਪਾਰਟੀ ਹੈ ਜਿਹਨੇ ਪੰਜਾਬੀਆਂ ਵਾਸਤੇ ਸਟੈਂਡ ਲਿੱਤਾ, ਖਾਲਸਾ ਪੰਥ ਵਾਸਤੇ ਸਟੈਂਡ ਲਿੱਤਾ। ਦੂਜੀਆਂ ਜਿਹੜੀਆਂ ਪਾਰਟੀਆਂ ਉਹ ਸਾਰੀਆਂ ਇੱਥੇ ਇਕੱਲੇ ਵੋਟਾਂ ਲੈਣ ਵਾਸਤੇ ਆਉਂਦੀਆਂ, MP ਬਣਾਉਣ ਵਾਸਤੇ ਆਉਂਦੀਆਂ, ਪੰਜਾਬ ਵਾਸਤੇ ਨਹੀਂ ਆਉਂਦੀਆਂ। ਉਹਨਾਂ ਦੀ ਪੋਲੀਟਿਕਸ ਅਤੇ ਸਾਡੀ ਪੋਲੀਟਿਕਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਉਹ ਪੰਜਾਬ ਵਿੱਚ ਵੋਟ ਮੰਗਦੀਆਂ,
ਇੱਕ ਸੈਕਸ਼ਨ ਨੂੰ ਲੈ ਕੇ ਜਾਂ ਇੱਕ ਧਰਮ ਨੂੰ ਲੈ ਕੇ, ਉਹ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਪੋਲਰਾਈਜ਼ ਕਰਕੇ ਵੋਟ ਲੈਣਾ ਚਾਹੁੰਦੀਆਂ, ਜਿਹਦਾ ਬਹੁਤ ਡੇਂਜਰਸ ਕੌਨਸੀਕੁਐਂਸਿਸ ਆਪਾਂ ਦੇਖ ਹੀ ਲਿਆ ਪੰਜਾਬ 'ਚ ਕਿੰਨੇ ਸਾਲ ਅਤਵਾਦ ਦਾ ਟਾਈਮ ਰਿਹਾ। ਇਕੱਲੀ ਅਕਾਲੀ ਦਲ ਹੈ ਜਿਹਦਾ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ, ਪੰਜਾਬ ਵਿੱਚ ਭਾਈਚਾਰਕ ਸਾਂਝ ਰਹੇ, ਕਿਉਂਕਿ ਸਾਨੂੰ ਪਤਾ ਹੈ ਕਿ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤਾਂ ਭਾਈਚਾਰਕ ਸਾਂਝ ਰਹੂਗੀ, ਤਾਂ ਹੀ ਪੰਜਾਬ ਤਰੱਕੀ ਕਰੂਗਾ। ਜਿਹੜੇ ਆਹ ਗੱਲ ਜਿਹੜੀਆਂ ਦੂਜੀਆਂ ਪਾਰਟੀਆਂ ਨਹੀਂ ਸਮਝਦੀਆਂ, ਜਿਹੜੀ ਹਾਲਾਤ ਉਦੋਂ ਬਣੀ ਸੀ ਉਹ ਕਾਲਾ ਦੌਰ ਪੰਜਾਬ ਦਾ, ਉਹ ਨੈਸ਼ਨਲ ਪਾਰਟੀਆਂ ਦੇ ਕਰਕੇ ਬਣੀ ਸੀ। ਬਾਦਲ ਸਾਹਿਬ ਮੁੱਖ ਮੰਤਰੀ ਰਹੇ, ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਕਿ ਬਾਦਲ ਸਾਹਿਬ ਸਾਡੇ ਹੈ, ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ, ਮੁਸਲਿਮ ਵੀਰ ਕਹਿੰਦੇ ਸਾਡੇ ਹੈ, ਕ੍ਰਿਸਚਨ ਵੀਰ ਕਹਿੰਦੇ ਸਾਡੇ ਹੈ, ਸਿੱਖ ਭਾਈਚਾਰੇ ਨੇ ਤੱਕਿਆ ਨਹੀਂ ਸੀ। ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਪ ਜਾ ਕੇ ਮਨਾਉਂਦੇ ਸੀ। ਆ ਇੱਕ ਮੈਸੇਜ ਸੀ, ਜਿਹੜਾ ਵੀ ਰੂਲਰ ਹੋਏ, ਜਿਹੜਾ ਵੀ ਕੋਈ ਲੀਡਰ ਹੋਏ, ਲੋਕਾਂ ਨੂੰ ਉਹਦੇ 'ਤੇ ਫੇਥ ਹੋਣਾ ਚਾਹੀਦਾ ਹੈ। ਜਿਹੜਾ ਫੇਥ ਇਕੱਲੇ ਇੱਕ ਪਾਰਟੀ 'ਤੇ ਹੈ ਪੰਜਾਬ ਦੇ ਲੋਕਾਂ ਦੀ, ਅਤੇ ਇੱਕ ਆਪਣੇ ਇੱਕ ਪਾਰਟੀ 'ਤੇ ਹੈ ਅਤੇ ਲੀਡਰਸ਼ਿਪ 'ਤੇ ਹੈ, ਅਤੇ ਐਜ ਪ੍ਰੈਜ਼ੀਡੈਂਟ ਅਕਾਲੀ ਦਲ, ਐਜ ਇੰਡੀਵਿਜੁਅਲ ਸੁਖਬੀਰ ਸਿੰਘ ਬਾਦਲ, ਮੈਂ ਸਪਸ਼ਟ ਕਰਨਾ ਚਾਹੁੰਦਾ, ਮੇਰਾ ਏਜੰਡਾ, ਮੇਰਾ ਸਟੈਂਡ ਬੜਾ ਕਲੀਅਰ ਹੈ ਕਿ ਪੰਜਾਬ ਵਿੱਚ ਕਿਸੇ ਹੱਲ 'ਚ ਅਸੀਂ ਕਮਿਊਨਲ ਟੈਂਸ਼ਨ ਨਹੀਂ ਹੋਣ ਦੇਵਾਂਗੇ। ਪੰਜਾਬ ਵਿੱਚ ਇੱਕ ਭਰਾ ਨੂੰ ਦੂਜੇ ਭਰਾ ਨਾਲ ਜਿਹੜੀਆਂ ਪਾਰਟੀਆਂ ਲੜਾਉਣ ਦੀ ਕੋਸ਼ਿਸ਼ ਕਰਨ ਲੱਗੀਆਂ ਉਹ ਨਹੀਂ ਕਰਨ ਦੇਵਾਂਗੇ। ਪੰਜਾਬ ਦਾ ਮਿਸ਼ਨ ਸਾਡਾ ਹੈ ਕਿ ਪੰਜਾਬ ਅੱਗੇ ਵਧੇ, ਅਸੀਂ ਆਪਣੇ ਮੁੰਡਿਆਂ ਨੂੰ ਮਰਵਾਉਣਾ ਨਹੀਂ, ਅਸੀਂ ਆਪਣੇ ਮੁੰਡਿਆਂ ਨੂੰ ਚੰਗੀ ਜੌਬ ਦੇਣਾ ਹੈ, ਇੱਥੇ ਟ੍ਰੇਡ ਇਨਵੈਸਟਮੈਂਟ। ਐਂਡ ਤੁਸੀਂ ਆਹ ਵੀ ਦੇਖਿਆ ਕਿ ਸਾਡੀ ਸਰਕਾਰ ਦੇ ਦੌਰਾਨ ਹੀ ਪੰਜਾਬ ਨੇ ਤਰੱਕੀ ਕੀਤਾ ਸੀ, ਬਾਦਲ ਸਾਹਿਬ ਜਿੰਨੀ ਦੇਰ ਮੁੱਖ ਮੰਤਰੀ ਰਹੇ, ਦੂਜੇ ਤਾਂ ਇੱਥੇ ਇਕੱਲੇ ਲੁੱਟਣ ਆਉਂਦੇ। ਹੁਣ ਜਿਹੜਾ ਕੋਰ ਫਿਲੋਸਫੀ ਮੈਂ ਦੱਸਦੀ ਹੈ ਅਤੇ ਸਾਡਾ ਮਿਸ਼ਨ ਕੀ ਹੈ, ਜਿਹੜਾ ਲਗਾਤਾਰ ਅਸੀਂ ਪੁਸ਼ ਕਰ ਰਹੇ ਹਾਂ ਪਾਰਲੀਮੈਂਟ 'ਚ ਵੀ ਅਤੇ ਸੈਂਟਰ ਦੀ ਸਰਕਾਰਾਂ ਨੂੰ ਵੀ। ਆ ਦੇਸ਼ ਤਾਂ ਤਕੜਾ ਹੋਊਗਾ ਜੇ ਇੱਥੇ ਫੈਡਰਲ ਸਟਰਕਚਰ ਹੋਊਗਾ। ਜਿਹੜੀ ਸੈਂਟਰ 'ਚ ਪਾਰਟੀ ਆਉਂਦੀ ਹੈ ਸੂਬੇ ਦੀਆਂ ਸਾਰੀਆਂ ਪਾਵਰਸ ਲੈ ਕੇ ਉਹ ਆਪਣੇ ਕੋਲ ਲੈ ਜਾਂਦੀਆਂ, ਸੂਬਿਆਂ ਨੂੰ ਖੋਖਲਾ ਕਰ ਛੱਡਿਆ, ਖੋਖਲਾ ਕਰ ਛੱਡਿਆ। ਸਭ ਤੋਂ ਵੱਡਾ ਲੇਟੈਸਟ ਐਗਜ਼ਾਮਪਲ ਹੁਣ GST ਦਾ ਆ ਗਿਆ। ਪਹਿਲੇ ਸਾਡੇ ਕੋਲ ਕੁਛ ਨਾ ਕੁਛ ਫਾਈਨੈਂਸ਼ੀਅਲ ਪਾਵਰ ਹੁੰਦੀ ਸੀ, ਸਾਡੀ ਆਪਣੀ ਰੈਵਨਿਊ ਜਨਰੇਸ਼ਨ ਹੁੰਦੀ ਸੀ, ਅਤੇ ਅਸੀਂ ਉਹਦੇ ਬਾਅਦ ਅਸੀਂ ਉਹ ਪੈਸਾ ਜਿੱਥੇ ਮਰਜ਼ੀ ਖਰਚਨੇ ਐਜ਼ ਪਰ ਰਿਕੁਆਇਰਮੈਂਟ, ਉਹ ਪਾਵਰ ਵੀ ਲੈ ਲਈ। ਹੁਣ GST ਸੂਬੇ ਦੀ ਪਹਿਲੇ ਉਹਨਾਂ ਕੋਲ ਜਾਂਦੀ ਹੈ, ਦੋ ਤਿੰਨ ਮਹੀਨੇ ਉਹ ਰੱਖਦੇ ਹੈ, ਇੱਥੇ ਤਨਖਾਹਾਂ ਦਿੱਤੀਆਂ ਜਾਂਦੀਆਂ, ਪ੍ਰੋਜੈਕਟ ਨਹੀਂ ਕਰਦੇ, ਫਿਰ ਉੱਥੋਂ ਡਾਇਰੈਕਸ਼ਨਾਂ ਆਉਂਦੀਆਂ ਕਿ ਆਹ ਕਰਨਾ, ਆਹ ਕਰਨਾ, ਆਹ ਕਰਨਾ ਹੈ।
ਤੇ ਅਕਾਲੀ ਦਲ ਦਾ ਕਲੀਅਰ ਸਟੈਂਡ ਹੈ ਕਿ ਸਾਡਾ ਫੈਡਰਲ ਸਟਰਕਚਰ ਜਿਨ੍ਹਾਂ ਤੱਕ ਨਹੀਂ ਬਣਦਾ ਅਸੀਂ ਆ ਡਿਮਾਂਡ ਪੁਸ਼ ਕਰਦੇ ਰਹਾਂਗੇ ਅਤੇ ਦੂਜੀਆਂ ਰੀਜਨਲ ਪਾਰਟੀਜ਼ ਨੂੰ ਨਾਲ ਜੋੜਾਂਗੇ। ਦੂਜੀ ਗੱਲ ਜਿਹੜੀ ਹੈਗੀ, ਜਿਹੜੇ ਪੰਜਾਬ ਨਾਲ ਧੱਕੇ ਹੋਏ ਆ, ਦੇਖੋ ਇਕੱਲਾ ਸੂਬਾ ਜਿਹਨੂੰ ਜਿਹਦਾ ਕੋਈ ਕੈਪੀਟਲ ਨਹੀਂ, ਕੈਪੀਟਲ ਸੂਬੇ ਦਾ ਹੋਣਾ ਬੜਾ ਜ਼ਰੂਰੀ ਹੈ। ਤੁਸੀਂ ਦੇਖੋ 30-40% ਇੱਕ ਸੂਬੇ ਦੀ GDP ਉਸ ਕੈਪੀਟਲ ਦੇ ਰਾਊਂਡ ਹੁੰਦੀ ਹੈ। ਤੁਸੀਂ ਮਹਾਰਾਸ਼ਟਰਾ ਤੋਂ ਬੰਬਈ ਕੱਢਦੇ ਹੋ, ਤੁਸੀਂ ਦੇਖੋਗੇ GDP 70% ਕਲੈਪਸ ਕਰਜੂਗੀ। ਤੁਸੀਂ ਹੈਦਰਾਬਾਦ ਕੱਢਦੇ ਹੋ, ਤੁਸੀਂ ਬੰਗਲੌਰ ਕੱਢਦੇ ਹੋ, ਤੁਸੀਂ ਚੇਨਈ ਕੱਢਦੇ ਹੋ, ਕਿਉਂਕਿ ਲੋਕ ਕੈਪੀਟਲ ਨਾਲ ਅਟਰੈਕਟ ਹੋ ਜਾਂਦੇ, ਇਨਵੈਸਟਮੈਂਟ ਉੱਥੇ ਆ ਜਾਂਦੀ ਹੈ। ਅੱਜ ਹਰਿਆਣਾ ਜਿਹੜਾ ਸੂਬਾ, ਆਪਣੇ ਕੋਲ ਤਾਂ ਕੋਈ ਨਿਊਕਲੀਅਸ ਹੈ ਨਹੀਂ, ਹਰਿਆਣੇ ਕੋਲ ਤਾਂ ਦਿੱਲੀ ਹੈ। ਅੱਜ ਹਰਿਆਣਾ ਡਿਵੈਲਪ ਕੀਤਾ ਦਿੱਲੀ ਕਰਕੇ, ਸਾਰਾ ਗੁੜਗਾਂਵ ਫਰੀਦਾਬਾਦ ਚਾਰੋਂ ਤਰਫ, ਜੇ ਅੱਜ ਕੱਢ ਦਿਓ ਤੇ ਹਰਿਆਣੇ 'ਚ ਕੁਛ ਹੈ ਹੀ ਨਹੀਂ। ਸੋ ਆਪਣੇ ਨਾਲ ਧੱਕਾ ਇਕੱਲੀ ਆਪਣੀ ਪੰਜਾਬ ਨਾਲ ਹੀ ਧੱਕਾ ਹੋ ਰਿਹਾ ਤੇ ਸੈਂਟਰ ਦੀ ਕੋਈ ਵੀ ਪਾਰਟੀ ਇਹਦੇ ਨਾਲ ਸਾਥ ਨਹੀਂ ਦਿੰਦੀ। ਸੋ ਵੀ ਵਿਲ ਕੰਟੀਨਿਊ ਫਾਈਟਿੰਗ ਫੋਰ ਦੈਟ। ਤੀਜੀ ਗੱਲ ਜਿਹੜਾ ਮੈਂ ਤੁਹਾਨੂੰ ਕਹਿਣ ਲੱਗਿਆ ਬਹੁਤ ਜ਼ਰੂਰੀ ਹੈ, ਜਿੰਨਾ ਪੰਜਾਬ ਦਾ ਪਾਣੀ ਦੇਸ਼ ਦਾ ਅਤੇ ਦੁਨੀਆਂ ਦਾ ਕਾਨੂੰਨ ਹੈ ਕਿ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਹੈ ਉਹ ਪਾਣੀ ਦਾ ਹੱਕ ਉਸੇ ਸੂਬੇ ਦਾ, ਉਸੇ ਦੇਸ਼ ਦਾ। ਐ ਨਹੀਂ ਹੈ ਕਿ ਦਰਿਆ ਪੰਜਾਬ ਤੋਂ ਟੱਪਦੇ ਹੈ ਅਤੇ ਨੇਪਾਲ ਵਾਲੇ ਕਹਿਣਗੇ ਸਾਨੂੰ ਭੇਜ ਦਿਓ ਉੱਥੇ ਪਾਣੀ, ਨਹੀਂ ਹੋ ਸਕਦਾ। ਪਰ ਸਾਰੇ ਦੇਸ਼ ਦੇ ਸੂਬਿਆਂ ਨੂੰ ਪਾਣੀ ਆਪਣੇ ਆਪਣੇ ਦਰਿਆਵਾਂ ਤੋਂ ਮਿਲਿਆ, ਆਪਣਾ ਪਾਣੀ ਪਹਿਲਾਂ ਹੈ ਕਿ ਜਿਹੜਾ ਆਪਣਾ ਪਾਣੀ ਸਾਰਾ ਦੂਜੇ ਨੂੰ ਦੇਤਾ ਸੂਬਿਆਂ ਨੂੰ, ਲੋਕਾਂ ਨੂੰ ਹਲੇ ਕਈ ਮੈਂ ਦੇਖਿਆ ਲੋਕਾਂ ਨੂੰ ਹਲੇ ਸਮਝ ਨਹੀਂ ਆਈ ਆਪਣੇ ਨਾਲ ਕਿੰਨਾ ਵੱਡਾ ਧੋਖਾ ਕਾਂਗਰਸ ਪਾਰਟੀ ਨੇ ਕੀਤਾ। ਮੈਂ ਦੱਸਣਾ ਚਾਹੁੰਦਾ ਜਿੰਨਾ ਪਾਣੀ ਆਪਣੇ ਦਰਿਆਵਾਂ ਦਾ ਹੈ ਉਹਦਾ ਹੱਕ ਆਪਣਾ, ਪਰ ਉਦੋਂ ਦੀ ਕਾਂਗਰਸ ਸਰਕਾਰ ਨੇ ਰਾਜਸਥਾਨ ਨੂੰ ਖੁਸ਼ ਕਰਨਾ ਸੀ, ਉੱਥੇ ਕਾਂਗਰਸ ਪਾਰਟੀ ਨੂੰ ਤਗੜਾ ਕਰਨਾ ਸੀ, ਅੱਧਾ ਪਾਣੀ, ਐ ਨਹੀਂ ਕਿ 5% 10%, ਨਹੀਂ, ਅੱਧਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ ਦੇਤਾ, ਜਿੰਨਾ ਪਾਣੀ ਆਪਣੇ ਕੋਲ ਸਾਰਾ ਅੱਧਾ ਦਾ ਰਾਜਸਥਾਨ ਨੂੰ ਦੇਤਾ। ਹੁਣ ਜਿਹੜਾ ਅੱਧਾ ਬਚਿਆ ਉਹਦਾ ਅੱਧਾ ਹਰਿਆਣੇ ਨੂੰ ਦੇਤਾ। ਆਪਾਂ ਤਾਂ 25% ਹੀ ਆ ਹੁਣ, ਜਿਹੜੇ ਦਰਿਆਵਾਂ ਦਾ ਪਾਣੀ ਆਪਣੇ ਆਉਂਦਾ 25% ਹੀ ਆਪਣੇ ਨੂੰ ਮਿਲਦਾ, ਪਰ ਜਦੋਂ ਹੜ੍ਹ ਆਉਂਦੇ ਆ ਨੁਕਸਾਨ ਹੁੰਦੇ ਆ ਕਿ ਆ ਸੂਬੇ ਆਪਾਂ ਨੂੰ ਕੰਪਨਸੇਟ ਕਰਦੇ ਆ, ਆਪਣਾ ਨੁਕਸਾਨ ਹੋ ਜਾਂਦਾ, ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ। ਮਾਰ ਆਪਾਂ ਚੱਲੀਏ ਅਤੇ ਪੈਸੇ ਉਹ ਇੰਜੋਏ ਕਰਨ। ਹੁਣ ਜਮਣਾ ਹਰਿਆਣੇ 'ਚੋਂ ਟੱਪਦੀ ਹੈ, ਆਪਾਂ ਨੂੰ ਹਿੱਸਾ ਦਿੰਦੇ ਆ। ਇਸ ਕਰਕੇ ਅਸੀਂ ਫੈਸਲਾ ਕੀਤਾ ਸਾਰਾ ਸਟੱਡੀ ਕਰਕੇ, ਜਦੋਂ ਸਾਡੀ ਸਰਕਾਰ ਆਊਗੀ ਵੀ ਵਿਲ ਕੈਂਸਲ ਆਲ ਲਾਅ ਜਿਹੜੇ ਅਗਰੀਮੈਂਟਸ ਹੈ ਸਟਾਰਟਿੰਗ ਫਰੋਮ ਰਾਜਸਥਾਨ ਨਾਲ ਅਗਰੀਮੈਂਟ ਅਤੇ ਦੂਜੀਆਂ। ਵੀ ਵਾਂਟ ਆਰ ਵਾਟਰ ਬੈਕ, ਆਹ ਬੜਾ ਕਲੀਅਰ ਹੈ ਸਾਡਾ। ਪਿਛਲੇ ਸਾਲਾਂ ਤੋਂ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਕਿ ਦੂਜੇ ਰਿਲੀਜਨ ਦੇ ਰਿਲੀਜੀਅਸ ਅਫੇਅਰ ਦੇ ਵਿੱਚ
ਇੰਟਰਫੇਰੈਂਸ ਕਰਨ ਲੱਗ ਗਿਆ ਇੱਕ ਹੋਰ ਰਿਲੀਜਨ ਜਿਹੜਾ ਵੈਰੀ ਡੇਂਜਰਸ ਫੋਰ ਦਾ ਨੇਸ਼ਨ ਹੈ। ਸਾਰੇ ਧਰਮਾਂ ਦਾ ਰਾਈਟ ਹੈ ਆਪਣੇ ਹਿਸਾਬ ਨਾਲ ਉਹ ਆਪਣੇ ਧਰਮ ਨੂੰ ਉਹਨਾਂ ਦੇ ਰਿਲੀਜੀਅਸ ਲੀਡਰਾਂ ਦੀ ਐਡਵਾਈਸ ਨਾਲ ਜਾਂ ਉਹਨਾਂ ਦੇ ਸਿਸਟਮ ਨਾਲ ਚਲਾਉਣਾ, ਪਰ ਐ ਨਹੀਂ ਹੋ ਸਕਦਾ, ਇਟਸ ਨੋਟ ਟੋਲਰੇਬਲ ਐਟ ਆਲ ਕਿ ਤੁਸੀਂ ਇੱਕ ਆਰਗਨਾਈਜੇਸ਼ਨ ਆ ਜੇ ਜਿਹੜਾ ਕਹੇ ਕਿ ਅਸੀਂ ਦੂਜੇ ਧਰਮ ਦੇ ਅੰਦਰ ਇੰਟਰਫੇਅਰ ਕਰਨਾ ਹੈ। ਤੁਸੀਂ ਦੇਖੋ ਕਿੰਨਾ ਡੇਂਜਰਸ ਟ੍ਰੈਂਡ ਹੈ ਅੱਜ ਦੇਸ਼ ਵਿੱਚ ਕਿ ਅੱਜ ਤੱਕ ਹਜ਼ੂਰ ਸਾਹਿਬ ਤੇ RSS ਵਰਗੀ ਆਰਗਨਾਈਜੇਸ਼ਨ ਕਾਬਜ ਹੋ ਗਈ ਹੈ, ਜਿਹਦਾ ਕੀ ਲੈਣਾ ਦੇਣਾ ਤੁਸੀਂ ਦੇਖਿਆ ਹੋਣਾ। ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ ਸਾਹਿਬ ਨੇ ਬੜਾ ਸਟਰੋਂਗ ਪ੍ਰੋਟੈਸਟ ਕੀਤਾ ਹੈ। ਸਾਡੀ ਸਿਸਟਮ ਸਿੱਖੀ ਵਿੱਚ ਇੱਕ ਪ੍ਰੋਸੀਜਰ ਅਸੀਂ ਅਡੋਪਟ ਕੀਤਾ ਹੈ, ਸਾਡਾ ਮੈਨੇਜਮੈਂਟ ਆਪਣੇ ਗੁਰੂ ਘਰਾਂ ਦੀ ਮੈਨੇਜਮੈਂਟ ਇੱਕ ਡੈਮੋਕ੍ਰੈਟਿਕ ਸਿਸਟਮ ਨਾਲ ਅਸੀਂ ਮੈਨੇਜਮੈਂਟ ਕਰਦੇ ਹਾਂ। ਪੂਰੀ ਸੰਗਤ ਨੂੰ ਨਾਲ ਜੋੜ ਕੇ ਸੰਗਤ ਹੀ ਹਿੱਸਾ ਲੈਂਦੀ ਹੈ ਦੇ ਕੇ ਵਾਸਤੇ। ਇੱਥੇ ਕੀ ਕੀਤਾ ਮਹਾਰਾਸ਼ਟਰ 'ਚ, ਇਹਨਾਂ ਦੀ ਸਰਕਾਰ ਸੀ ਜਿਹੜਾ 60 ਸਾਲ ਪੁਰਾਣਾ ਕਾਨੂੰਨ, ਜਿੱਥੇ ਸਿੰਘ ਸਭਾਵਾਂ ਮੈਂਬਰ ਹੁੰਦੀਆਂ ਸੀ, HEPC ਮੈਂਬਰ ਹੁੰਦੀ ਸੀ, ਚੀਫ ਖਾਲਸਾ ਦੀਵਾਨ ਮੈਂਬਰ ਹੁੰਦੇ ਸੀ, ਉੱਥੋਂ ਦੇ ਲੋਕ ਇਲੈਕਟ ਕਰਦੇ ਸੀ ਗੁਰੂ ਘਰਾਂ ਤੋਂ, ਉਹਦੀ ਕਮੇਟੀ ਬਣਦੀ ਸੀ, ਬੁੱਧੀਜੀਵੀ ਸਿੱਖ ਉਹਦੇ 'ਚ ਰੱਖੇ ਜਾਂਦੇ, ਮੈਂਬਰ ਆਫ ਪਾਰਲੀਮੈਂਟ ਸਿੱਖ ਉਹਦੇ 'ਚ ਹਿੱਸਾ ਹੁੰਦੇ ਸੀ। ਉਹਨੂੰ ਰੱਦ ਕਰਕੇ 12 ਮੈਂਬਰ ਨੋਮੀਨੇਟ RSS ਦੇ ਜਿਹੜੇ ਕਈ ਆਪਣੇ ਵਿੱਚ ਕੌਮ ਵਿੱਚ ਇਹੋ ਜਿਹੇ ਗੱਦਾਰ ਹੈ ਜਿਹੜੇ ਸ਼ਕਲ ਪੱਗਾਂ ਬੰਨ੍ਹ ਕੇ ਪਰ ਕੌਮ ਦੇ ਖਿਲਾਫ਼ ਕੰਮ ਕਰਦੇ ਆ, ਉਹ ਜਿਹਾ ਨੂੰ ਉਹਨਾਂ ਨੇ ਉੱਥੇ ਲਾ ਤਾ। ਉਵੇਂ ਹੀ ਤਖ਼ਤ ਪਟਨਾ ਸਾਹਿਬ 'ਤੇ ਹੁਣ ਕਾਬਜ਼ ਹੋ ਗਿਆ, ਉਵੇਂ ਹੀ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੋ ਯਾਰ, ਮੈਂਬਰ BJP ਸ਼ਾਮਲ ਹੋਣ, ਜਿਹੜੇ ਮੈਂਬਰ ਇਲੈਕਟ ਹੋਏ ਆ ਗੁਰੂ ਘਰ ਦੀ ਸੇਵਾ ਵਾਸਤੇ, BJP RSS ਦੇ ਉੱਤੇ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕੰਪਲੀਟ ਕੰਟਰੋਲ ਹੈ। ਜਿਹੜਾ ਅਖੀਰਲਾ ਵੱਡਾ ਵਾਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਕੌਮ ਦੀ ਪਾਰਲੀਮੈਂਟ ਹੈ, ਜਿਹੜੇ 103 ਸਾਲ ਪਹਿਲੇ ਆਪਣੀ ਕੌਮ ਨੇ ਬਣਾਈ, ਅੰਗਰੇਜ਼ ਵੀ ਕੋਸ਼ਿਸ਼ ਕੀਤੀ ਉਹ ਵੀ ਤੋੜ ਸਕੇ, ਪਰ ਅੱਜ ਇਹਨਾਂ ਨੇ ਤੋੜਤੀ ਹੈ। ਹਰਿਆਣਾ ਅਲੱਗ ਕਰਤਾ ਅਤੇ ਹਰਿਆਣੇ ਵਿੱਚ ਦਾਦੂਵਾਲ ਵਰਗੇ ਜਿਹੜੇ ਗੱਦਾਰ ਹੈ, RSS ਨਾਲ ਸੰਬੰਧ ਹੈ, ਉਹ ਉੱਥੇ ਉਹ ਕਾਬਜ਼ ਹੋ ਗਏ ਹੈ। ਇਹ ਤੋਂ ਵੱਡਾ ਅਟੈਕ ਆਪਣੀ ਰਿਲੀਜਨ 'ਤੇ ਨਹੀਂ ਹੋ ਸਕਦਾ। ਸੋ ਮੈਂ ਐਜ਼ ਅਕਾਲੀ ਦਲ ਪ੍ਰੈਜੀਡੈਂਟ ਮੈਂ ਕਲੀਅਰ ਕਰਦਾ, ਵੀ ਵਿਲ ਫਾਈਟ ਟਿਲ ਵੀ ਰਿਸਟੋਰ ਆਲ ਆਰ ਰਿਲੀਜੀਅਸ ਇੰਸਟੀਟਿਊਸ਼ਨ ਬੈਕ ਟੂ ਦ ਸਿੱਖ ਸੰਗਤ। ਆਹ ਸਾਡਾ ਮਿਸ਼ਨ ਹੈ। ਦੂਜੀ ਗੱਲ, ਸਾਡੇ ਜਿਹੜੇ ਬੰਦੀ ਸਿੱਖ ਹੈ, ਦੇਖੋ ਦੇਸ਼ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ, ਇੱਕ ਕਾਨੂੰਨ ਕਿਸੇ ਪਾਰਟੀ ਵਾਸਤੇ ਅਤੇ ਕਿਸ ਕਾਨੂੰਨ ਇੱਕ ਸੈਕਸ਼ਨ ਇੱਕ ਰਿਲੀਜਨ ਵਾਸਤੇ। ਜਿਨ੍ਹਾਂ ਨੇ ਬਿਲਕਿਸ ਬਾਨੂ ਨੂੰ ਰੇਪ ਕੀਤਾ ਸੀ ਉਹਨਾਂ ਨੂੰ ਤਾਂ ਮਾਫ ਕਰਤਾ, ਜਿਹੜੇ ਬੰਦੀ ਸਿੱਖ ਹੈ ਦਰਬਾਰ ਸਾਹਿਬ ਦੇ ਹਮਲੇ ਦੇ ਬਾਅਦ 84 ਦੇ ਅੰਦਰ ਕਤਲੇਆਮ ਜਦੋਂ ਹੋਏ, ਇਮੋਸ਼ਨਸ ਹੋ ਗਈਆਂ, ਜਦੋਂ ਕੋਈ ਕਿਸੇ ਧਰਮ ਦੇ ਪਵਿੱਤਰ ਸਥਾਨ 'ਤੇ ਹਮਲਾ ਹੋ ਜਾਏ ਬੰਦਾ ਬੇਕਾਬੂ ਹੋ ਜਾਂਦਾ ਹੈ। ਉਹਨਾਂ ਨੇ ਕਦਮ ਚੁੱਕੇ, ਅਸੀਂ ਨਹੀਂ ਕਹਿੰਦੇ ਉਹ ਕਦਮ ਠੀਕ ਸੀ, ਪਰ ਫਿਰ ਵੀ ਚੁੱਕੇ, ਪਰ ਉਹਨਾਂ ਨੇ ਮਾਫ਼ੀ ਨਹੀਂ ਮੰਗੀ। ਉਹ ਕਹਿੰਦੇ
ਸਾਨੂੰ ਸਜ਼ਾ ਦੇ ਦਿਓ, ਅਸੀਂ ਚੱਕ ਲਏ, ਚਲੋ ਅਸੀਂ ਸਜ਼ਾ ਲੈਣ ਨੂੰ ਤਿਆਰ ਹਾਂ, ਸਜ਼ਾ ਲੈ ਲਈ। ਉਹਨਾਂ ਨੇ ਮਾਫ਼ੀ ਨਹੀਂ ਮੰਗੀ, ਉਹਨਾਂ ਨੇ ਐਂ ਨਹੀਂ ਕਿਹਾ ਕਿ ਸਾਡੀ ਸਾਨੂੰ ਛੱਡ ਦਿਓ। ਉਹ ਕਹਿੰਦੇ ਆ ਅਸੀਂ ਪੂਰੀ ਕਰੀ, ਜੇ 20 ਸਾਲ ਸਜ਼ਾ ਹੈ 34 ਸਾਲ ਤਾਂ ਨਹੀਂ ਰੱਖ ਸਕਦੇ, ਇਹਨਾਂ ਨੂੰ 34-34 ਸਾਲ ਲੱਗੇ ਯਾਰ। ਸੋ ਸਾਡਾ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੱਖਾਂ ਨੂੰ ਛੁਡਾਉਣ ਵਾਸਤੇ ਹਰ ਜੋ ਆਪਸ਼ਨ ਸਾਡੇ ਕੋਲ ਅਵੇਲੇਬਲ ਹੈ, ਭਾਵੇਂ ਜੁਡੀਸ਼ੀਅਲ ਹੈ, ਭਾਵੇਂ ਗਵਰਨਮੈਂਟ ਪ੍ਰੈਸ਼ਰ ਹੈ, ਵੀ ਵਿਲ ਕੰਟੀਨਿਊ ਡੂਇੰਗ ਦੈਟ। ਅਕਾਲੀ ਦਲ ਦਾ ਪਹਿਲੇ ਵੀ ਸਟੈਂਡ ਸੀ, NSA ਮਿਸਯੂਜ ਹੋਣ ਲੱਗ ਗਿਆ, ਕਈ ਗਵਰਨਮੈਂਟ ਏਜੰਸੀਜ਼ ਮਿਸਯੂਜ ਹੋਣ ਲੱਗ ਗਈਆਂ। ਹੁਣ ਗਵਰਨਮੈਂਟ ਏਜੰਸੀਜ਼ ਹੈਵ ਬਿਕਮ ਅ ਟੂਲ ਫੋਰ ਪੋਲੀਟੀਕਲ ਗੇਮਸ। ਜਿਹੜਾ ਬੰਦਾ ਮੇਰੇ ਨਾਲ ਨਹੀਂ ਰਹਿੰਦਾ ਉਹਨੂੰ ED ਭੇਜ ਦਿਓ, CBI ਭੇਜ ਦਿਓ, NSA ਥੱਲੇ ਅੰਦਰ ਕਰ ਦਿਓ। ਆਹ ਕੋਈ ਡੈਮੋਕ੍ਰੇਸੀ ਹੈ? ਇੰਨਾ ਧੱਕਾ ਅਸੀਂ NSA ਦੇ ਖਿਲਾਫ ਹੈ। ਕਿਸੇ ਨੂੰ NSA ਇੱਕ ਬੜਾ ਸਟਰੋਂਗ ਐਕਟ ਹੈ, ਐ ਨਹੀਂ ਹੈ ਕਿ ਜਿਹੜਾ ਜੀ ਕਰੇ ਤੁਸੀਂ NSA ਦੇ ਅੰਦਰ ਕਰ ਦਿਓ। ਅਕਾਲੀ ਦਲ ਨੇ ਸਦਾ ਕਿਸਾਨੀ ਦੀ ਲੜਾਈ ਲੜੀ ਹੈ। ਮੈਂ ਤੁਹਾਨੂੰ ਸਹੀ ਕਹਿ ਸਕਦਾ, ਹਿੰਦੁਸਤਾਨ ਵਿੱਚ ਜੇ ਇੱਕ ਪਾਰਟੀ ਜਿਹਨੂੰ ਕਿਸਾਨੀ ਦੇ ਨਾਂ ਨਾਲ ਜੋੜਿਆ ਜਾ ਸਕਦਾ ਹੈ, ਕੋਈ ਪਾਰਟੀ ਹਿੰਦੁਸਤਾਨ ਜੀ ਨੇ ਜਿਹੜੀ ਕਿਸਾਨੀ ਨਾਲ ਐਕਸਕਲੂਸਿਵਲੀ ਜੋੜਿਆ ਜਾ ਸਕਦਾ, ਉਹ ਅਕਾਲੀ ਦਲ ਹੈ। ਜੋ ਕੁਛ ਕਿਸਾਨੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੇ ਪੰਜਾਬ ਵਿੱਚ ਕੀਤਾ, ਕਿਉਂਕਿ ਸਾਨੂੰ ਪਤਾ ਹੈ ਕਿ ਪੰਜਾਬ ਖੇਤੀ ਸੂਬਾ, ਇੱਥੇ ਆਹ ਆਪਣਾ ਮੇਨ ਓਕੂਪੇਸ਼ਨ ਹੈ। ਜੇ ਕਿਸਾਨ ਖੁਸ਼ ਹੈ, ਕਿਸਾਨ ਤਰੱਕੀ ਕਰ ਰਿਹਾ, ਤਾਂ ਖੇਤ ਮਜ਼ਦੂਰ ਵੀ ਤਰੱਕੀ ਕਰੂਗਾ, ਵਪਾਰੀ ਵੀ ਤਰੱਕੀ ਕਰਨਗੇ। ਜਿੰਨਾ ਪੈਸਾ ਕਿਸਾਨ ਨੂੰ ਆਊਗਾ, ਉਹਨੇ ਆਪਣੀ ਮੰਡੀ ਜਾ ਕੇ ਵਪਾਰੀਆਂ ਤੋਂ ਉਹ ਚੀਜ਼ਾਂ ਖਰੀਦ ਲੈਣੀਆਂ ਅਤੇ ਸਾਈਕਲ ਵਧਣਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਕਮਿਟਮੈਂਟਸ ਕਿਸਾਨਾਂ ਨਾਲ ਹੋਈਆਂ ਸੀ ਉਹ ਪੂਰੀਆਂ ਨਹੀਂ ਹੋਈਆਂ। ਅਕਾਲੀ ਦਲ ਸਟੈਂਡਸ ਦੈਟ ਵੀ ਸ਼ੁੱਡ ਬੀ ਅਸ਼ੋਰਡ MSP, ਜਿਹੜੇ ਉਦੋਂ ਦੇ ਟਾਈਮ ਸਮਝੌਤੇ ਹੋਏ ਸੀ ਉਹ ਸਾਰੇ ਪੂਰੇ ਹੋਣੇ ਚਾਹੀਦੇ ਹੈ। ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਦੇਖੋ ਪੰਜਾਬ ਇੱਕ ਐਜਾ ਸੂਬਾ ਹੈ ਜਿਹਨੇ ਬਹੁਤ ਮੁਸ਼ਕਲਾਂ ਚੱਲੀਆਂ, ਜਿੰਨੀਆਂ ਗਵਰਨਮੈਂਟਸ ਆਈਆਂ, ਰਾਦਰ ਦੈਨ ਟੇਕਿੰਗ ਪੰਜਾਬ ਆਊਟ ਆਫ ਦੈਟ ਫੇਜ਼, ਇਹਨਾਂ ਨੇ ਹੌਲੀ ਹੌਲੀ ਇਕਨੋਮਿਕਲੀ ਪੰਜਾਬ ਨੂੰ ਡਾਊਨ ਕਰਤਾ ਸੈਂਟਰ ਸਰਕਾਰਾਂ ਨੇ। ਤੁਸੀਂ ਦੇਖੋ ਜਦੋਂ ਟੈਰਰਿਜ਼ਮ ਫੇਸ ਸੀ, ਜਿੰਨਾ ਖਰਚਾ ਸੀ ਸਿਕਿਉਰਿਟੀ ਫੋਰਸਿਸ ਦਾ, ਸਾਰਾ ਖਰਚਾ ਪੰਜਾਬ ਦੇ ਉੱਤੇ ਪਾ ਦਿੱਤਾ, ਫਿਰ ਉਹਦੇ 'ਤੇ ਵਿਆਜ ਲਿੱਤਾ। ਮੈਂ ਪੁੱਛਣਾ ਚਾਹੁੰਦਾ ਕਿ ਜੰਮੂ ਕਸ਼ਮੀਰ 'ਚੋਂ ਖਰਚਾ ਪਾ ਰਹੇ ਹੈ? ਕੀ ਨੌਰਥ ਈਸਟ 'ਚੋਂ ਖਰਚਾ ਪਾ ਰਹੇ ਹੈ? ਸਾਡੀ ਸੂਬੇ 'ਚ ਪਾਤਾ? ਘੱਟ ਤੋਂ ਘੱਟ ਅਸੀਂ ਪੰਜਾਬੀ ਇੱਕ ਇੰਟਰਨੈਸ਼ਨਲ ਟੈਰਰਿਜ਼ਮ ਦਾ ਸਾਹਮਣਾ ਕਰ ਰਹੇ ਸੀ। ਆਹ ਕੋਈ ਪੰਜਾਬ ਪਹੁੰਚ ਸਕਲ ਨਹੀਂ ਸੀ, ਔਰ ਸਾਰੀਆਂ ਤਾਕਤਾਂ ਜੋ ਦੇਸ਼ ਨੂੰ ਤੋੜਨਾ ਚਾਹੁੰਦੀਆਂ ਉਹਨਾਂ ਨੇ ਆਪਣੇ ਪੰਜਾਬ 'ਤੇ ਅਟੈਕ ਕੀਤਾ। ਨਾਲੇ ਮੈਂ ਸਪਸ਼ਟ ਕਰਨਾ ਚਾਹੁੰਦਾ, ਸਭ ਤੋਂ ਵੱਡੇ ਨੈਸ਼ਨਲਿਸਟ ਆਪਣੇ ਪੰਜਾਬੀ ਹੈ, ਸਿੱਖ ਭੈਣ ਭਰਾ ਹੈ। ਦੇਸ਼ ਦੀ ਆਜ਼ਾਦੀ ਲੈਣ ਵਾਸਤੇ
ਸਭ ਤੋਂ ਵੱਧ ਕੁਰਬਾਨੀਆਂ ਆਪਣੇ ਬੰਦਿਆਂ ਨੇ ਦਿੱਤੀਆਂ, ਜੇਲਾਂ ਸਭ ਤੋਂ ਵੱਧ ਆਪਣੇ ਗਏ, ਫਾਂਸੀ 'ਚ ਆਪਣੇ ਗਏ, ਅਤੇ ਹੁਣ ਵੀ ਦੇਸ਼ ਦੀ ਫੌਜ ਵਿੱਚ ਸਭ ਤੋਂ ਅੱਗੇ ਆਪਣੇ ਭੈਣ ਭਰਾ ਹੈ। ਜਦੋਂ ਚਾਈਨਾ ਨੂੰ ਕੁੱਟਣਾ ਹੁੰਦਾ ਉਹਨਾਂ ਫੌਜ ਨੂੰ ਭਜਾਉਣਾ ਹੁੰਦਾ, ਫਿਰ ਆਪਣੇ ਭਰਾ ਨੂੰ ਭੇਜ ਦਿੰਦੇ ਹੈ। ਮੈਨੂੰ ਦੱਸੋ ਕਿੰਨੇ ਗੁਜਰਾਤ ਦੇ ਬੰਦੇ ਫੌਜ 'ਚ ਹੈ। ਹੁਣੀ RTI ਆਪਾਂ ਕੁਐਸਚਨ ਪਾਇਆ ਸੀ ਪਾਰਲੀਮੈਂਟ ਵਿੱਚ ਕਿ ਪੂਰੇ ਸਮਝ ਲਓ ਆਜ਼ਾਦੀ ਦੇ ਬਾਅਦ ਪੀਸ ਟਾਈਮ ਦੇ ਵਿੱਚ ਜਦੋਂ ਆਪਣੀ ਟੈਰਰਿਜ਼ਮ ਨੂੰ ਫੇਸ ਕਰਦਾ ਜਾਂ ਦੂਜੇ ਬਾਰਡਰ ਨੂੰ ਸਿਕਿਓਰ ਕਰਨ ਵਾਸਤੇ ਕਿੰਨੇ ਲੋਕਾਂ, ਕਿਹੜੀ ਸਟੇਟ ਦੇ ਕਿੰਨੇ ਲੋਕ ਸ਼ਹੀਦ ਹੋਏ ਆ। 50% ਆਫ ਦ ਪੈਰਾਮਿਲਟਰੀ ਫੋਰਸਿਸ ਦੇ ਲੋਕ ਪੰਜਾਬ ਦੇ ਸੀ, 50% ਦੇਸ਼ ਦੇ ਬਾਰਡਰਾਂ 'ਤੇ ਜਿਹੜੇ ਸ਼ਹੀਦ ਹੋਏ ਆ, ਅਤੇ ਹਲੇ ਵੀ ਸਾਡੇ ਨਾਲ ਧੱਕਾ। ਰਕਸ਼ਾ ਵਾਸਤੇ ਅਸੀਂ ਅੱਗੇ ਟੈਂਕਾਂ ਦੇ ਗੋਲੇ ਖਾਣ ਵਜੇ ਅਸੀਂ ਅੱਗੇ ਜੰਗਲ ਦੇ ਵਿੱਚ ਛਾਤੀ ਤਾਣ ਕੇ ਲੜਾਈ ਲੜਨ ਵਾਲੇ ਸਾਡੇ ਬੰਦੇ, ਅਤੇ ਜਦੋਂ ਇਕਨੋਮਿਕਲੀ ਡਾਊਨ ਹੋ ਗਏ ਕਿਹਨੇ ਬਾਂਹ ਫੜੀ ਆ ਜੀ, ਉੱਤੇ ਨਮਕ ਸਿੱਟਤਾ, ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦੇਤਾ। ਜੇ ਜੰਮੂ ਕਸ਼ਮੀਰ ਟੈਰਰਿਜ਼ਮ ਫੇਸ ਤੋਂ ਨਿਕਲੀ, ਅਸੀਂ ਵੀ ਨਿਕਲੇ ਹਾਂ, ਉਹਨਾਂ ਨੂੰ ਇਕਨੋਮਿਕ ਪੈਕੇਜ ਦਿੱਤਾ। ਹਿਮਾਚਲ ਨੂੰ ਕੀ ਹੱਕ ਹੈ ਇਕਨੋਮਿਕ ਪੈਕੇਜ ਦਾ, ਉਹਨਾਂ ਨੂੰ ਦੇਤਾ। ਉਹਦੇ ਨਾਲ ਕੀ ਹੋਇਆ, ਜਿਹੜੀ ਫੈਕਟਰੀਆਂ ਨੇ ਇੰਡਸਟਰੀ ਨੇ ਸਾਡੇ ਆਉਣੀ ਸੀ ਉਹ ਸਾਡੇ ਆਈ ਨਹੀਂ, ਸਾਡੇ ਜਿਹੜੀਆਂ ਇੰਡਸਟਰੀਆਂ ਸੀ ਇੱਥੇ ਲਾਉਣੀ ਸੀ, ਸਾਰੇ ਚੱਕ ਕੇ ਹਿਮਾਚਲ ਦੇ ਉੱਧਰ ਚਲੇ ਗਏ, ਅਤੇ ਨੁਕਸਾਨ ਕੀ ਹੋਇਆ ਆਪਣਾ। ਤਾਂਹੀਓ ਮੈਂ ਕਿਹਾ ਇਕੱਲਾ ਅਕਾਲੀ ਦਲ ਜਿਹੜਾ ਲੜਾਈ ਲੜਦਾ ਹੈ, ਨਾ BJP ਵਾਲੇ ਕੋਈ ਬੋਲਣ, ਨਾ ਕਾਂਗਰਸ ਬੋਲੇ, ਨਾ ਝਾੜੂ ਵਾਲੇ ਬੋਲਣ, ਕਿਉਂ, ਉਹਨਾਂ ਦਾ ਇੰਟਰਸਟ ਦੂਜੀਆਂ ਸਟੇਟਾਂ, ਇਕੱਲੀ ਅਸੀਂ ਹੈ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਘੱਟ ਤੋਂ ਘੱਟ ਜਿਹੜਾ ਵਾਹਗਾ ਬਾਰਡਰ ਹੈ, ਫਿਰੋਜ਼ਪੁਰ ਦਾ ਬਾਰਡਰ ਹੈ, ਫਾਜ਼ਿਲਕਾ ਦਾ ਬਾਰਡਰ ਹੈ, ਉਹ ਖੋਲ੍ਹਿਆ ਜਾਏ। ਟ੍ਰੇਡ ਇੱਥੋਂ ਗੁਜਰਾਤ ਪੋਰਟ ਤੋਂ ਤਾਂ ਪਾਕਿਸਤਾਨ 'ਚ ਹੋ ਸਕਦੀ ਹੈ ਟ੍ਰੇਡ, ਪਰ ਪੰਜਾਬ ਦੇ ਵਾਹਗਾ ਬਾਰਡਰ 'ਤੇ ਨਹੀਂ ਹੋ ਸਕਦੀ। ਆਪਣੀ ਟ੍ਰੇਡ ਇਹਨਾਂ ਨੂੰ ਖੋਲ੍ਹਣੀ ਪੈਣੀ ਹੈ, ਤਾਂ ਇੱਕ ਦੇਸ਼ ਵਾਸਤੇ ਵੀ ਚੰਗਾ। ਜੇ ਆਪਣੀ ਇੱਥੇ ਟ੍ਰੇਡ ਖੁੱਲ੍ਹ ਜਾਂਦੀ ਹੈ ਫਿਰੋਜ਼ਪੁਰ ਤੋਂ, ਫਾਜ਼ਿਲਕਾ ਤੋਂ, ਅਤੇ ਆਪਣੇ ਅੰਮ੍ਰਿਤਸਰ ਅਟਾਰੀ ਤੋਂ, ਤੁਸੀਂ ਦੇਖੋ ਆਪਣਾ ਸਮਾਨ ਸਾਰੀ ਦੇਸ਼ਾਂ 'ਚ, ਭਾਵੇਂ ਦੁਬਈ ਹੈ, ਭਾਵੇਂ ਇਰਾਨ ਹੈ, ਭਾਵੇਂ ਇਰਾਕ ਹੈ, ਸਾਰੀ ਏਸ਼ੀਆ ਸਾਰਾ ਮਾਰਕੀਟ ਖੁੱਲ੍ਹ ਜਾਣਾ ਹੈ, ਅਤੇ ਦੇਖੋ ਬਾਈ ਰੋਡ, ਅਤੇ ਦੇਖੋ ਕਿੱਡੀ ਵੱਡੀ ਤਰੱਕੀ ਹੋਊਗੀ। ਸੋ ਸਾਡਾ ਮਿਸ਼ਨ ਰਹੂਗਾ, ਪ੍ਰੈਸ਼ਰ ਪਾਵਾਂਗੇ ਕਿ ਸਾਡੇ ਬਾਰਡਰ ਖੋਲ੍ਹੇ ਜਾਣ। ਇੱਕ ਮੈਂ ਅਸੀਂ ਹੋਰ ਡਿਮਾਂਡ ਰੱਖਾਂਗੇ ਐਤਕੀ ਜਿਹੜੇ ਸਾਡਾ ਪਾਰਲੀਮੈਂਟ 'ਚ ਗਏ, ਕਿ ਜਿਹੜੇ ਕਰਤਾਰਪੁਰ ਸਾਹਿਬ ਦੀ ਧਰਤੀ ਹੈ, ਜੇ ਦੇਖੋ ਜਵਾ ਨਾਲ ਲੱਗਦੀ ਹੈ, ਹੁਣ ਆਪਾਂ ਨੂੰ ਪਾਸਪੋਰਟ ਲੈ ਕੇ ਜਾਣਾ ਪੈਂਦਾ ਹੈ। ਪਹਿਲੇ ਇਗਜ਼ਾਮਪਲ ਹੈ ਜਿੱਥੇ ਲੈਂਡ ਸਵਾਪ ਹੋਇਆ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਪੰਜਾਬ ਤੋਂ ਭਾਵੇਂ ਦੁਗਣੀ ਏਕੜ ਦੇ ਦਾਂਗੇ, ਪਰ ਉਹ ਪਵਿੱਤਰ ਧਰਤੀ ਨੂੰ ਪਾਕਿਸਤਾਨ ਨਾਲ ਗੱਲ ਕਰਕੇ ਸਾਡੇ ਵਿੱਚ ਜੋੜਿਆ ਜਾਏ, ਕਿਉਂਕਿ ਸਾਡੀ ਆਸਥਾ ਦਾ ਸੈਂਟਰ ਹੈ, ਉਹਨਾਂ ਵਾਸਤੇ ਇਕੱਲਾ ਟੂਰਿਜ਼ਮ ਸੈਂਟਰ ਹੈ, ਸਾਡੇ ਵਾਸਤੇ ਸਾਰਾ ਕੁਛ ਉਹ ਹੈ। ਸੋ ਗਵਰਨਮੈਂਟ ਆਫ ਇੰਡੀਆ ਨੂੰ ਇਹਨੂੰ ਕੱਟਣਾ ਚਾਹੀਦਾ ਹੈ। ਸੋ ਸਾਡੀ ਪਾਰਟੀ ਦਾ ਕਲੀਅਰ ਸਟੈਂਡ ਹੈ, ਕਿਸੇ ਪਾਰਟੀ ਨੂੰ ਕਿਸੇ ਧਰਮ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨਾ ਚਾਹੀਦਾ, ਨਾ ਕਰਨ ਦੇਵਾਂਗੇ। ਅਸੀਂ ਕਈ ਚੀਜ਼ਾਂ ਦੇਖੀਆਂ ਜਿਹੜੀਆਂ ਪੰਜਾਬ ਵਿੱਚ ਅਤੇ ਦੂਜੇ ਸੂਬਿਆਂ ਦੇ ਐਕਟ, ਜੇ ਪੰਜਾਬੀ ਹਿਮਾਚਲ 'ਚ ਖੇਤੀ ਕਰਨਾ ਚਾਹੇ
ਨਹੀਂ ਕਰ ਸਕਦਾ। ਜੇ ਪੰਜਾਬੀ ਰਾਜਸਥਾਨ 'ਚ ਖੇਤੀ ਕਰਨਾ ਚਾਹੇ ਨਹੀਂ ਕਰ ਸਕਦਾ। ਜੇ ਪੰਜਾਬੀ ਉੱਤਰਾਖੰਡ ਜਾਣਾ ਚਾਹੇ ਨਹੀਂ ਕਰ ਸਕਦਾ। J&K 'ਚ ਨਹੀਂ ਕਰ ਸਕਦਾ, ਉੱਥੇ ਜ਼ਮੀਨ ਨਹੀਂ ਲੱਗ ਸਕਦਾ ਖੇਤੀ ਕਰਨ ਵਾਸਤੇ। ਸੋ ਅਕਾਲੀ ਦਲ ਇਜ਼ ਵੈਰੀ ਕਲੀਅਰ, ਜਾਂ ਤਾਂ ਸਾਨੂੰ ਉੱਥੇ ਜਾਣ ਦਿਓ, ਸਾਨੂੰ ਅਲਾਓ ਕਰੋ, ਨਹੀਂ ਤਾਂ ਪੰਜਾਬ ਅਸੈਂਬਲੀ 'ਚ ਐਕਟ ਲੈ ਕੇ ਆਵਾਂਗੇ ਕਿ ਦੂਜੇ ਲੋਕ ਪੰਜਾਬ ਦੇ ਵਿੱਚ ਖੇਤੀ ਵਾਸਤੇ ਜ਼ਮੀਨ ਨਹੀਂ ਖਰੀਦ ਸਕਣਗੇ। ਖੇਤੀ ਵਾਸਤੇ ਜ਼ਮੀਨ ਨਹੀਂ ਖਰੀਦ ਸਕਣਗੇ, ਜਾਂ ਤਾਂ ਸਾਨੂੰ ਉੱਥੇ ਲਾਓ ਕਰੋ, ਨਹੀਂ ਤਾਂ ਸਾਡੇ ਪੰਜਾਬ 'ਚ ਨਹੀਂ ਅਸੀਂ ਲਾਓ ਕਰਾਂਗੇ ਕਿ ਦੂਜੇ ਸਟੇਟਸ ਦੇ ਲੋਕ ਇੱਥੇ ਆ ਕੇ ਖੇਤੀ ਵਾਸਤੇ ਇੱਥੇ ਜ਼ਮੀਨ ਲੈ ਕੇ ਸਾਡੇ ਪਿੰਡਾਂ 'ਚ ਆਉਣ, ਸਾਡੀ ਜ਼ਮੀਨਾਂ ਲੈ ਕੇ ਉਹ ਇੱਥੇ ਕਰਨ। ਉਹ ਆ ਜ਼ਮੀਨ ਸਾਡੀ ਹੈ, ਆ ਕਾਨੂੰਨ ਇੱਕ ਹੋਣਾ ਚਾਹੀਦਾ ਸਾਰੇ ਦੇਸ਼ ਵਾਸਤੇ। ਐਂ ਨਹੀਂ ਹੈ ਕਿ ਆਪ ਉਹ ਸਟੇਟ ਆਪਣਾ ਕਰਨ ਅਤੇ ਸਾਡੇ ਸਟੇਟ 'ਤੇ ਬੋਝ ਪਾਉਣ। ਦੂਜੀ ਗੱਲ, ਜਿਹੜੀਆਂ ਜੋਬਸ ਆ ਸਰਕਾਰੀ, ਆਈ ਵਾਂਟ ਟੂ ਮੇਕ ਇਟ ਕਲੀਅਰ, ਆ ਗਵਰਨਮੈਂਟ ਕਮਸ ਓਨਲੀ ਪੰਜਾਬ ਡੋਮੋਸਾਈਲ ਪੀਪਲ ਵਿਲ ਗੈਟ ਜੋਬਸ ਇਨ ਪੰਜਾਬ, ਸਰਕਾਰੀ ਜੋਬਸ। ਐਂਡ ਡੋਮੋਸਾਈਲ ਲੈਣ ਦੀ ਸਰਟੀਫਿਕੇਟ ਕਈ ਮਿਲ ਕੇ 10-15 ਦਿਨ 'ਚ ਹੀ ਲੈ ਲੈਂਦੇ ਸਰਟੀਫਿਕੇਟ। ਉਹ ਨਹੀਂ, ਵੀਲ ਮੇਕ ਵੈਰੀ ਐਕਸਟ੍ਰੀਮਲੀ ਸਟ੍ਰਿਕਟ ਕੰਡੀਸ਼ਨਸ। ਐਂਡ ਜਿਹੜਾ ਆਫਿਸਰ ਦਊਗਾ ਡੋਮੋਸਾਈਲ ਸਰਟੀਫਿਕੇਟ, ਜੇ ਪਤਾ ਲੱਗ ਗਿਆ ਹੀ ਵਿਲ ਬੀ ਡਿਸਮਿਸ ਫਰੋਮ ਸਰਵਿਸ। ਸੋ ਜੋਬਸ, ਹੁਣ ਤੁਸੀਂ ਦੇਖਿਆ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਨੇ ਹਰਿਆਣੇ 'ਚ ਇਲੈਕਸ਼ਨ ਲੜਨੇ ਆ, ਰਾਜਸਥਾਨ 'ਚ ਇਲੈਕਸ਼ਨ ਲੜ ਰਹੇ ਆ, ਉੱਥੇ ਜਾ ਕੇ ਅਨਾਊਂਸ ਕਰੀ ਜਾਂਦੇ ਅਸੀਂ ਪੰਜਾਬ ਵਿੱਚ ਨੌਕਰੀਆਂ ਲੈ ਲਓ, ਅਸੀਂ ਦੇ ਦਾਂਗੇ ਅੱਧੀਆਂ ਨੌਕਰੀਆਂ ਜਿੰਨੀਆਂ ਪੰਜਾਬ ਦੇ ਨੌਜਵਾਨ। ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਆਪਣੇ ਨੌਜਵਾਨ ਬਾਹਰਲੇ ਸੂਬਿਆਂ 'ਚ ਲੱਗਦੇ ਫਿਰਦੇ ਆ, ਬਾਹਰ ਜਾਂਦੇ ਆ ਨੌਕਰੀ ਲੈਣ ਵਾਸਤੇ। ਅੱਧੀਆਂ ਪੋਸਟਾਂ, ਜਿੰਨੀਆਂ ਨੌਕਰੀਆਂ ਮਿਲੀਆਂ ਅੱਧੀਆਂ ਪੋਸਟਾਂ ਪੰਜਾਬ ਇਹਨਾਂ ਨੇ ਬਾਹਰ ਦੇ ਮੁੰਡਿਆਂ ਨੂੰ ਦਿੱਤੀਆਂ ਆਮ ਆਦਮੀ ਪਾਰਟੀ ਨੂੰ। ਜਿੰਨੀ ਇੰਡਸਟਰੀ ਹੈ ਅਸੀਂ ਇਨਸੈਂਟਿਵਾਈਜ਼ ਕਰਕੇ, ਪ੍ਰਾਈਵੇਟ ਸੈਕਟਰ ਇੰਡਸਟਰੀ ਜਿੰਨੀ ਇਨਵੈਸਟਮੈਂਟ ਆਊਗੀ ਉਹਨਾਂ ਨੂੰ ਇਨਸੈਂਟਿਵ ਲਿੰਕ, ਜੋਬ ਲਿੰਕ ਇਨਸੈਂਟਿਵ ਦੇਵਾਂਗੇ। ਜਿੰਨੇ ਤੁਸੀਂ ਪੰਜਾਬੀਆਂ ਨੂੰ ਆਪਣੇ ਪਰਸੈਂਟੇਜ ਜੋਬ ਦਿਓਗੇ ਓਨਾ ਜ਼ਿਆਦਾ ਤੁਹਾਨੂੰ ਇਨਸੈਂਟਿਵ ਮਿਲੂਗਾ ਇੱਥੇ, ਭਾਵੇਂ ਇਲੈਕਟ੍ਰੀਸਿਟੀ ਫਰੀ ਹੈ, ਭਾਵੇਂ GST ਰਿਬੇਟਸ ਹੈ, ਸਾਰੀਆਂ ਤੁਹਾਨੂੰ ਮਿਨੀਮਮ ਤੁਹਾਨੂੰ 75% ਜੋਬ ਦੇਣੇ ਪੈਣੇ ਆ ਇਫ ਯੂ ਵਾਂਟ ਦ ਇਨਸੈਂਟਿਵ, ਅਤੇ ਉਹਦੇ ਉੱਤੇ ਜਿੰਨਾ ਦੇਈ ਜਾਓਗੇ ਓਨੇ ਇਨਸੈਂਟਿਵ ਤੁਹਾਡੇ ਵਧੀ ਜਾਣਗੇ। ਅਸੀਂ, ਮੇਰਾ ਮਿਸ਼ਨ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਏ, ਇੱਥੇ ਅਸੀਂ ਇਕਨੋਮਿਕ ਸੈਂਟਰ ਬਣਾ ਕੇ, ਜਿਵੇਂ ਮੋਹਾਲੀ ਹੈ, ਅੰਮ੍ਰਿਤਸਰ ਹੈ, ਇਹਨੂੰ ਦੋ ਵੱਡੇ IT ਹੱਬ ਲਾਈਕ ਹੈਦਰਾਬਾਦ ਐਂਡ ਬੈਂਗਲੋਰ ਬਣਾਉਣਾ ਹੈ। ਅਸੀਂ ਸਿਸਟਮ ਸ਼ੁਰੂ ਕਰਤਾ ਸੀ ਪਰ ਸਰਕਾਰ ਟੁੱਟ ਗਈ। ਆਹ ਜਿਹੜੇ ਏਅਰਪੋਰਟ ਬਣਾਏ ਸੀ, ਇਨਫਰਾਸਟਰਕਚਰ ਬਣਾਏ ਸੀ, ਹੋਟਲ ਇੰਡਸਟਰੀ ਲਿਆਉਂਦੀ ਸੀ, ਉਹ ਇਸ ਕਰਕੇ ਸੀ ਕਿਉਂ ਆਹ ਬੇਸਿਕ ਰਿਕੁਆਇਰਮੈਂਟ ਹੈ। ਬਾਕੀ ਪੰਜਾਬ ਵਿੱਚ ਟੈਕਸਟਾਈਲ ਹੱਬ ਅਤੇ ਟੂਰਿਜ਼ਮ, ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਅਤੇ ਥੀਨ ਡੈਮ ਵਿਲ ਬਿਕਮ ਵਨ ਆਫ ਦ ਬਿਗੈਸਟ ਟੂਰਿਸਟ ਡੈਸਟੀਨੇਸ਼ਨਸ ਆਫ ਦ ਕੰਟਰੀ ਐਂਡ ਵੀ ਵਿਲ ਡਿਵੈਲਪ। ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ, ਜਿਵੇਂ ਸਾਡੀ ਹੈਰੀਟੇਜ ਸਟਰੀਟ ਬਣਾਈ ਸੀ, ਦ ਹੋਲ ਵਰਲਡ ਸਿਟੀ ਵਿਲ ਬੀ ਮੇਡ ਇਨ ਟੂ ਦ ਸੇਮ ਹੈਰੀਟੇਜ ਸਟਰੀਟ। ਮੈਂ ਤਾਂ ਪਿਛਲੀ ਵਾਰ ਵੀ ਕੀਤਾ ਸੀ ਪਲਾਨ ਪਰ ਆਪਣੀ ਸਰਕਾਰ ਨਹੀਂ ਬਣੀ, ਨਹੀਂ ਤਾਂ ਆਈ ਵਾਜ਼ ਗੋਇੰਗ ਟੂ ਪੁੱਟ ਭਾਵੇਂ 1,000 ਕਰੋੜ ਲੱਗਦਾ, 2,000 ਕਰੋੜ ਲੱਗਦਾ, ਕੋਈ ਸਾਰਾ ਕੁਛ ਹੀ ਆਪਾਂ ਨੂੰ ਉਸ ਪਵਿੱਤਰ ਧਰਤੀ ਤੋਂ ਮਿਲਦਾ ਅਤੇ ਸਾਰੇ ਦੁਨੀਆਂ ਦੀ ਸੰਗਤ ਇੱਥੇ ਆਉਂਦੀ ਹੈ। ਦੇ ਸ਼ੁੱਡ ਫੀਲ ਪ੍ਰਾਊਡ
ਐਡੀ ਸੋਹਣੀ ਅਸਾਂ ਸਿਟੀ ਬਣਾਈ ਹੈ। ਬਾਕੀ ਮੈਂ ਕਹਿਣਾ ਚਾਹੁੰਦਾ ਕਈ ਚੀਜ਼ਾਂ ਜਿਹੜੀਆਂ ਅਸੀਂ ਐਜ ਸਰਕਾਰ ਆਉਣ 'ਤੇ ਆਪਣੇ ਪੰਜਾਬ 'ਚ ਕਰ ਸਕਦੇ ਹਾਂ, ਕਿਉਂਕਿ ਜਿਹੜੀ ਸਾਡੀਆਂ ਪ੍ਰੀਵਿਊ 'ਚ ਉੱਥੇ ਨਹੀਂ ਹੈ। ਵੀ ਵਿਲ ਹੈਵ ਅ ਸੈਪਰੇਟ ਮੈਨੀਫੈਸਟੋ ਐਲਾਨਨਾਮਾ, ਨੋ ਮੈਨੀਫੈਸਟੋ ਐਲਾਨਨਾਮਾ ਫੋਰ ਦ ਸਟੇਟ ਇਲੈਕਸ਼ਨ। ਦਿਸ ਇਜ਼ ਦ ਮੇਨ ਫੋਕਸ ਆਫ ਦ ਨੈਸ਼ਨਲ ਇਲੈਕਸ਼ਨਸ। ਪਰ ਥੋੜ੍ਹੀਆਂ ਚੀਜ਼ਾਂ ਮੈਂ ਦੱਸਣਾ ਚਾਹੁੰਦਾ, ਮੈਂ ਇੱਕ ਆਹ ਵੀ ਕਹਿਣਾ ਚਾਹੁੰਦਾ ਹੈ ਪ੍ਰਾਈਮ ਮਿਨਿਸਟਰ ਕਰਾਂਗੇ, ਡਰੱਗ ਲੋਰਡਸ ਨੂੰ ਡੈਥ ਸੈਂਟੈਂਸ ਹੋਣੀ ਚਾਹੀਦੀ ਹੈ। ਡਰੱਗਸ ਹੁਣ ਤਾਂ ਖਤਮ ਹੋਣਗੇ, ਬਹੁਤ ਕੋਸ਼ਿਸ਼ ਕੀਤੀ ਆ ਜਿਹੜੇ ਕਮਜ਼ੋਰ ਜਿਹੇ ਕਾਨੂੰਨ ਬਣਾ ਕੇ। ਅੱਜ ਸਿੰਗਾਪੁਰ ਵਿੱਚ ਜੇ ਇੱਕ ਇੰਚ ਇੰਨਾ ਵੀ ਡਰੱਗ ਨਿਕਲ ਜੇ ਸਿੱਧਾ ਗੋਲੀ ਮਾਰ ਕੇ ਮਾਰ ਦਿੰਦੇ। ਜਿਹੜੇ ਲੋਕ ਆਪਣੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਦੇ ਹੈ, ਉਹਨਾਂ ਨੂੰ ਇੱਥੇ ਦੁਨੀਆ 'ਚ ਰਹਿਣ ਦਾ ਕੋਈ ਹੱਕ ਨਹੀਂ, ਬੜਾ ਕਲੀਅਰ ਹੈ। ਗਵਰਨਮੈਂਟ ਆਫ ਇੰਡੀਆ 'ਤੇ ਵੀ ਪਾਵਾਂਗੇ ਪ੍ਰੈਸ਼ਰ, ਕਿਉਂਕਿ ਆਹ ਲੋ ਉਹਨਾਂ ਨੇ ਬਣਾਉਣਾ। ਪਰ ਪੰਜਾਬ ਵਿੱਚ ਜੋ ਅਸੀਂ ਲੋ ਬਣਾ ਸਕਦੇ ਹਾਂ ਟੂ ਦੈਟ ਲੈਵਲ ਅਸੀਂ ਬਣਾਵਾਂਗੇ। ਅਕਾਲੀ ਦਲ ਗਵਰਨਮੈਂਟ ਵਿਲ ਡਿਕਲੇਅਰ ਵਾਰ ਔਨ ਡਰੱਗਸ ਜਦੋਂ ਸਾਡੇ ਆਉਣਗੇ, ਐਂਡ ਵਾਰ ਔਨ ਗੈਂਗਸਟਰਸ। ਕੋਈ ਇੱਕ ਗੈਂਗਸਟਰ ਨਹੀਂ ਰਹਿਣ ਦਿੰਦੇ। ਅੱਜ ਗੈਂਗਸਟਰਾਂ ਨੇ ਗੰਦ ਪਾਇਆ ਪੰਜਾਬ 'ਚ, ਅੱਜ ਵਪਾਰੀ ਡਰ ਕੇ ਬਾਹਰਲੇ ਸੂਬਿਆਂ 'ਚ ਜਾ ਰਹੇ ਹੈ, ਵਪਾਰੀ ਇੱਥੇ ਆਉਣ ਨੂੰ ਤਿਆਰ ਨਹੀਂ। ਮੈਂ ਮੰਡੀਆਂ ਜਾਂਦਾ, ਸ਼ਹਿਰਾਂ ਜਾਂਦਾ, ਪਿੰਡਾਂ ਜਾਂਦਾ, ਸਾਜੀ ਦਾ ਕੋਈ ਸ਼ੈਲਰ ਹੈ, ਕੋਈ ਕੋਲਡ ਸਟੋਰੇਜ ਹੈ, ਕੋਈ ਹਸਪਤਾਲ ਹੈ, ਸਾਰਿਆਂ ਤੋਂ ਫਰੌਤੀ ਲਈ ਜਾਂਦੇ ਹੈ। ਅਤੇ ਆ ਸੁੱਤੀ ਪਈ ਹੈ ਸਰਕਾਰ, ਅੱਜ ਦਾ ਮੁੱਖ ਮੰਤਰੀ ਦਾਰੂ ਪੀ ਕੇ ਸੁੱਤਾ ਰਹਿੰਦਾ, ਉਹਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਸੂਬੇ ਵਿੱਚ, ਅਤੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ। ਅਕਾਲੀ ਦਲ ਸਾਡੇ ਵਾਸਤੇ ਪੰਜਾਬ ਸਾਰਾ ਕੁਛ ਹੈ, ਤੋ ਇਸ ਕਰਕੇ ਲੋਅ ਐਂਡ ਆਰਡਰ ਕੰਪਲੀਟ ਕੰਟਰੋਲ ਕਰਾਂਗੇ। ਕੋਈ ਤੁਹਾਡੇ ਇੱਥੇ ਅਨਨੈਸੈਸਰੀ ਸੜਕਾਂ ਸੁੜਕਾਂ ਰੋਕਣ ਨਹੀਂ ਦੇਣਾ। ਇੱਥੇ ਡਿਸਪਲਿਨ ਆਉਣਾ ਚਾਹੀਦਾ, ਜਿਹੜਾ ਪਿਛਲੇ 10 ਸਾਲਾਂ 'ਚ ਸਾਰਾ ਕੁਛ ਹੀ ਖਰਾਬ ਹੋ ਗਿਆ। ਅਤੇ ਇਸ ਕਰਕੇ ਪੰਜਾਬ ਤਾਂ ਬਚੂਗਾ ਜੇ ਇੱਥੇ ਯੂ ਨੀਡ ਅ ਸਟਰੋਂਗ ਗਵਰਨਮੈਂਟ, ਅ ਸਟਰੋਂਗ ਚੀਫ ਮਿਨਿਸਟਰ ਵਿਦ ਅ ਵਿਜ਼ਨ, ਕਲੈਰਿਟੀ ਆਫ ਥਾਟ ਐਂਡ ਡਿਸਾਈਸਿਵਨੈਸ। ਦੈਟ ਇਜ਼ ਅ ਲੀਡਰ ਯੂ ਨੀਡ ਇਨ ਪੰਜਾਬ। ਸੋ ਮੈਂ ਕਹਿਣਾ ਚਾਹੁੰਦਾ ਸਾਡੀ ਪਾਰਟੀ ਦੀ ਬੜੀ ਕਲੀਅਰ ਪ੍ਰਾਇਰਟੀਜ਼ ਹੈ, ਐਂਡ ਫੋਰ ਅਸ ਸਾਰਾ ਕੁਛ ਹੀ ਪੰਜਾਬ ਹੈ। ਅਤੇ ਅਸੀਂ ਪੰਜਾਬ ਵਾਸਤੇ, ਖਾਲਸਾ ਪੰਥ ਵਾਸਤੇ, ਪੰਜਾਬੀਆਂ ਵਾਸਤੇ ਅਸੀਂ ਪਹਿਲੇ ਵੀ ਲੜਦੇ ਰਹੇ ਹਾਂ ਅਤੇ ਲੜਦੇ ਰਹਾਂਗੇ। ਸੋ ਦਿਸ ਇਜ਼ ਦ ਮੇਨ ਕਰਕਸ ਇਨ ਡਿਟੇਲ, ਯੂ ਕੈਨ ਸੀ ਆਰ ਵੇਰੀਅਸ ਵੈਬਸਾਈਟਸ। ਦੱਸੋ ਕੋਈ ਨੋ ਕੁਐਸਚਨ, ਚਲੀਏ। ਹੈਂ ਯਾਰ ਸਾਨੂੰ ਅਸੀਂ ਪੰਜਾਬ ਸਾਡੇ ਵਾਸਤੇ ਪੰਜਾਬ ਹੈ, ਉੱਥੇ ਬੀਜੇਪੀ ਤੇ ਆਪ ਕੋਈ ਕਿਹਨੂੰ ਅੰਦਰ ਕਰ ਦਿੰਦਾ, ਕੋਈ ਇਹਨੂੰ ਕੀ ਕਰ ਦਿੰਦਾ। ਉਹ ਜਿਹੜੇ ਬੀਜੇਪੀ ਤੇ ਆਪ ਵਿੱਚ ਇਹ ਜੀ ਜੰਗ ਚੱਲੀ ਹੈ ਕਿ ਪਤਾ ਨਹੀਂ ਲੱਗਦਾ ਹੋ ਕੀ ਹੈ। ਸਾਡੇ ਵਾਸਤੇ ਪੰਜਾਬ ਹੈ ਜੀ, ਫੋਕਸ ਪੰਜਾਬ ਹੈ। ਅਸੀਂ 4 ਤਰੀਕ ਦੇ ਬਾਅਦ ਅਸੀਂ ਦੇਖਾਂਗੇ ਕੀ ਹੁੰਦਾ। ਪਰ ਜੇ ਕੋਈ ਲੇਡੀ ਨਾ ਹੋਇਆ, ਸਟਰੋਂਗਲੀ ਕੰਡੈਮਿਡ ਹੋਣਾ ਨਹੀਂ ਚਾਹੀਦਾ, ਐਂਡ ਜਿਹੜਾ ਵੀ ਦੋਸ਼ੀ ਹੈ ਉਹ ਸਿੱਟ ਸਜ਼ਾ ਮਿਲਣੀ ਚਾਹੀਦੀ ਹੈ।
ਆਈ ਪੀ ਸਿੰਘ ਜੀ ਕਿਹੜਾ? ਮੈਂ ਤੁਹਾਡੇ ਹੀ ਕਾਲਮ ਪੜ੍ਹੇ ਸੀ ਤੇ ਉਸ ਕਰਕੇ ਮੈਨੂੰ, ਮੈਂ ਤਾਂ ਤੁਹਾਨੂੰ ਪੁੱਛਣਾ ਸੀ, ਤੁਸੀਂ ਮੈਨੂੰ ਐਡਵਾਈਸ ਕਰੋਗੇ? ਨਹੀਂ ਨਹੀਂ, ਕਿਉਂਕਿ ਮੈਂ ਤੁਹਾਡੀ ਸਟੋਰੀ ਪੜ੍ਹਦਾ ਸੀ ਕਿ ਆਹ ਕਰ ਰਿਹਾ ਇੱਕ ਪਾਰਟੀ, ਤੇ ਮੈਂ ਪੁੱਛਣਾ ਸੀ ਕਿਹੜੀ ਪਾਰਟੀ ਹੈ ਤੁਹਾਨੂੰ ਸਪੈਸੀਫਿਕਲੀ। ਦੇਖੋ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ। ਨਹੀਂ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ, ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ। ਦੇਖੋ ਇੱਕ ਗੱਲ ਕਲੀਅਰ ਹੈ, ਜੇ 70 ਸਾਲ ਕਿਸੇ ਦੇ ਮੰਗਲ ਸੂਤਰ ਨਹੀਂ ਖੋਏ ਗਏ ਤੇ ਹੁਣ ਕਿੱਥੇ ਖੋਏ ਜਾਣਗੇ? ਵੈਰੀ ਕਲੈਰਿਟੀ ਹੈ, ਰਾਮ ਮੰਦਿਰ ਸਾਰਿਆਂ ਦੀ ਆਸਥਾ ਦਾ ਸੈਂਟਰ ਹੈ, ਕੌਣ ਉਹਨੂੰ ਤੋੜੂਗਾ? ਆਹ ਸਾਰੀਆਂ ਚੀਜ਼ਾਂ ਐਟ ਦੈਟ ਲੈਵਲ ਨਹੀਂ ਕਹਿਣੀਆਂ ਚਾਹੀਦੀਆਂ। ਆਈ ਦਿਸ ਇਜ਼ ਮਾਈ ਐਡਵਾਈਸ। ਆਪਣੇ ਦੇਸ਼ ਵਿੱਚ ਬਹੁਤ ਟੋਲਰੈਂਸ ਹੈ, ਇਕੱਲਾ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਐਨ ਇਕੱਠੇ ਰਹਿੰਦੇ ਆ। ਪੰਜਾਬ ਦੇਖ ਲਓ, ਸਿੱਖ ਮੰਦਰਾਂ 'ਚ ਜਾਂਦੇ ਹੈ, ਮਸਜਿਦਾਂ 'ਚ ਜਾਂਦੇ ਹੈ, ਮੁਸਲਿਮ ਗੁਰਦੁਆਰਿਆਂ 'ਚ ਆਉਂਦੇ ਆ, ਹਿੰਦੂ ਗੁਰਦੁਆਰਿਆਂ 'ਚ ਆਉਂਦੇ ਆ। ਆਹ ਹੈ ਵੀ ਰਿਸਪੈਕਟ ਐਵਰੀਵਨਸ ਰਿਲੀਜਨ, ਐਵਰੀਵਨਸ ਕਸਟਮਸ। ਆਪਣੇ ਦੇਸ਼ ਵਿੱਚ ਲੀਡਰਸ਼ਿਪ ਉਹੀ ਹੈ ਜਿਹੜੀ ਟੋਲਰੈਂਸ ਰੱਖੇ, ਜਿਹੜੀ ਸਾਰਿਆਂ ਨੂੰ ਸਪੇਸ ਦੇ, ਸਾਰਿਆਂ ਨੂੰ ਆਪਣੀ ਸਪੇਸ ਵਿੱਚ ਗਰੋਥ ਕਰਨ ਦਾ ਓਪਰਚੁਨਿਟੀ ਦੇ।